ਸਤਿ ਸ਼੍ਰੀ ਅਕਾਲ ਦੋਸਤੋ, ਵੈਲਕਮ ਬੈਕ ਟੂ ਮਾਈ ਚੈਨਲ। ਆਈ ਐਮ ਡਾਕਟਰ ਮਨਦੀਪ ਕੌਰ ਪੰਨੂ। ਥੈਂਕ ਯੂ ਸੋ ਮੱਚ, ਤੁਸੀਂ ਮੈਨੂੰ ਇੰਨਾ ਪਿਆਰ ਦੇ ਰਹੇ ਹੋ, ਮੇਰੇ ਚੈਨਲ ਨੂੰ ਤੁਸੀਂ ਲਾਈਕ ਕਰ ਰਹੇ ਹੋ, ਸਬਸਕ੍ਰਾਈਬ ਕਰ ਰਹੇ ਹੋ, ਸ਼ੇਅਰ ਕਰ ਰਹੇ ਹੋ। ਅੱਗੇ ਵੀ ਮੈਂ ਚਾਹਾਂਗੀ ਕਿ ਤੁਸੀਂ ਸ਼ੇਅਰ ਕਰੋ, ਲਾਈਕ ਕਰੋ, ਸਬਸਕ੍ਰਾਈਬ ਕਰੋ। ਅੱਜ ਜਿਹੜੀ ਮੇਰੀ ਨਈਂ ਆਡੀਓ ਹੈ ਉਹ ਹੈਗੀ ਹੈ ਕਿ ਹਾਊ ਟੂ ਕਨਵਰਟ ਵਿਜ਼ਿਟਰ ਵੀਜ਼ਾ ਟੂ ਵਰਕਿੰਗ ਵੀਜ਼ਾ ਇਨ ਕੈਨੇਡਾ। ਜਬ ਬੰਦਾ 30+ ਜਾਂ 28+ ਹੋ ਜਾਂਦਾ ਹੈਗਾ ਜਾਂ 40+ ਹੋ ਜਾਂਦਾ ਹੈ, ਤੋ ਉਸਕੇ ਪਾਸ ਸਟੱਡੀ ਵੀਜ਼ਾ ਕਾ ਕੋਈ ਆਪਸ਼ਨ ਨਹੀਂ ਹੋਤਾ ਹੈ, ਤੋ ਉਸਕੇ ਪਾਸ ਟੂਰਿਸਟ ਵੀਜ਼ਾ, ਮਲਟੀਪਲ ਵੀਜ਼ਾ ਕੈਨੇਡਾ ਕਾ ਆਪਸ਼ਨ ਹੋਤਾ ਹੈ। ਤੋ ਵੋ ਉਸ ਆਪਸ਼ਨ ਪਰ ਜਾਤਾ ਹੈ ਕਿ ਮੈਂ ਟੂਰਿਸਟ ਵੀਜ਼ਾ ਮਲਟੀਪਲ ਵੀਜ਼ਾ ਲੈ ਕੇ ਜਾਊਂ 10 ਈਅਰ ਕਾ, ਔਰ ਉਸਕੋ ਮੈਂ ਕਨਵਰਟ ਕਰੂੰ ਵਰਕ ਪਰਮਿਟ ਪਰ। ਆਪਨੇ ਕੈਨੇਡਾ ਕੀ ਵੈਬਸਾਈਟ ਪਰ ਚਲ ਜਾਣਾ, www.canada.incn.cin ਮੇਂ, ਵਹਾਂ ਜਾ ਕੇ ਕਨਵਰਸ਼ਨ ਕਾ ਆਪਨੇ ਚੈੱਕ ਕਰ ਲੈਣਾ, ਯਾ ਕਿਸੀ ਇਮੀਗ੍ਰੇਸ਼ਨ ਲਾਇਰ ਜੋ ਕੈਨੇਡਾ ਕੀ ਵੈਬਸਾਈਟ ਸੇ RRC ਸੇ ਅਪਰੂਵਡ ਹੋ, ਉਸਸੇ ਕੋਂਟੈਕਟ ਕਰਨਾ ਹੈ ਕਿ ਕਿਉਂਕਿ ਮੁਝਸੇ ਆਪ ਕੋਂਟੈਕਟ ਨਹੀਂ ਕਰ ਸਕਤੇ। ਮੈਂ ਇੱਕ ਆਪਕੋ ਅਵੇਅਰਨੈਸ ਵੀਡੀਓ ਦੇ ਰਹੀ ਹੂੰ, ਜੋ ਆਪਕੋ ਸਿਰਫ ਟਿਪਸ ਦੇਗੀ ਔਰ ਅਵੇਅਰਨੈਸ ਦੇਗੀ। ਮੈਂ ਕੋਈ ਇਮੀਗ੍ਰੇਸ਼ਨ ਲਾਇਰ ਨਹੀਂ ਹੂੰ, ਪਹਿਲੀ ਆਪਕੋ ਬਤਾ ਦੂੰ, ਮੈਂ ਕੋਈ ਫਾਈਲਿੰਗ ਵੀਜ਼ਾ ਕਿਸੀ ਕਾ ਲਾ ਨਹੀਂ ਸਕਤੀ, ਪਰ ਮੈਂ ਆਪਕੋ ਜੋ ਮੁਝੇ ਨੌਲੇਜ ਹੋਤੀ ਹੈ ਵੋ ਅਵੇਅਰਨੈਸ ਕੇ ਲੀਏ ਮੈਂ ਆਪਕੋ ਨੌਲੇਜ ਦੇ ਦੇਤੀ ਹੂੰ। ਆਪਨੇ ਇਮੀਗ੍ਰੇਸ਼ਨ ਲਾਇਰ ਕੋ ਜੋ ਕੈਨੇਡਾ ਮੇਂ ਇਮੀਗ੍ਰੇਸ਼ਨ ਲਾਇਰ ਹੈ ਉਸਸੇ ਕੋਂਟੈਕਟ ਕਰਨਾ ਹੈ, ਅਗਰ ਆਪਕਾ 10 ਈਅਰ ਕਾ ਟੂਰਿਸਟ ਵੀਜ਼ਾ ਲਗਾ ਹੁਆ ਹੈ ਔਰ 6 ਮਹੀਨੇ ਕੀ ਆਪਕੋ ਐਂਟਰੀ ਮਿਲਤੀ ਹੈ, ਤੋ ਯੇ ਆਪਕੇ ਲੀਏ ਅੱਛਾ ਚਾਂਸ ਹੈ। ਤੋ ਇਸਸੇ ਆਪ ਕਿਆ ਕਰ ਸਕਤੇ ਹੈ ਕਿ ਆਪ ਆਪਣਾ ਟੂਰਿਸਟ ਵੀਜ਼ਾ ਕੋ ਕਨਵਰਟ ਕਰਾ ਸਕਤੇ ਹੈ ਵਰਕ ਪਰਮਿਟ ਪਰ, ਔਰ ਯੇ ਪੋਸੀਬਲ ਵੀ ਹੈ ਕਿਉਂਕਿ ਕੁਛ ਸਾਈਟਸ ਮੇਂ ਹੋਤਾ ਹੈ ਕਿ ਆਪ ਜਬ ਕੈਨੇਡਾ ਮੇਂ ਐਂਟਰੀ ਕਰ ਲੈਤੇ ਹੈ ਔਰ ਜੋ ਆਪਕੋ ਇੰਪਲੋਇਰ ਯਾ ਕੋਈ ਮਿਲ ਜਾਤਾ ਹੈ ਤੋ ਆਪ ਪ੍ਰੋਸੈਸ ਸੇ ਕੈਨੇਡਾ ਸੇ ਬਾਹਰ ਜਾਏਂਗੇ। ਕੁਛ ਸਾਈਟ ਕਹਤੇ ਕਿ ਇੰਟਰਨਲੀ ਰਹਿ ਕੇ ਆਪ ਕਰ ਸਕਤੇ ਹੈ, ਔਰ ਕਾਫੀ ਲੋਕ ਐਸੇ ਹੋਤੇ ਹੈ ਕਿ ਵੋ ਆਪਣੇ ਰਿਸ਼ਤੇਦਾਰੋਂ ਕੋ ਕੋਂਟੈਕਟ ਕਰਤੇ ਹੈ ਜਬ ਵੋ ਕੈਨੇਡਾ ਪਹੁੰਚ ਜਾਤੇ ਹੈ ਕਿ ਹਮੇਂ ਕੁਛ ਐਸਾ ਦਿਓ, ਐਸੀ ਚੀਜ਼ ਦਿਓ ਜਿਸਸੇ ਹਮ ਆਪ ਕਨਵਰਟ ਕਰਾ ਸਕੇ, ਉਨਕੀ ਕੁਆਲੀਫਿਕੇਸ਼ਨ ਇਤਨੀ ਹੋਤੀ ਨਹੀਂ ਹੈ। ਤੋ ਕੁਛ ਬੰਦੇ ਐਸੇ ਕਰਤੇ ਹੈ ਕਿ ਨੈਨੀ ਕਾ ਕੋਰਸ ਕਰਵਾ ਲੈਤੇ ਹੈ ਬੈਕ ਮੇਂ ਯਾ ਕੁਛ, ਇਸਸੇ ਅੱਛਾ ਤੋ ਆਪ ਪਹਿਲੇ ਹੀ ਨੈਨੀ ਕਾ ਕੋਰਸ ਕਰ ਲੀਏ, ਉਸੇ ਆਪ 18 ਸੇ ਲੈ ਕੇ 55 ਸਾਲ ਮੇਂ ਕਭੀ ਵੀ ਅਪਲਾਈ ਕਰ ਸਕਤੇ ਹੈ, ਕਿਉਂਕਿ ਇਹ ਲਾਈਫ ਟਾਈਮ ਆਪਕੀ ਇਨਵੈਸਟਮੈਂਟ ਹੈ। ਇਸਸੇ ਕਿਆ ਹੈ ਕਿ ਜੈਸੇ ਕਿਸ ਬੰਦੂ ਕੋ ਨੈਨੀ ਕਾ ਕੋਰਸ ਕਰਾ ਹੁਆ ਹੈ ਔਰ ਉਨਕੋ ਕੋਈ ਇੰਪਲੋਇਰ ਨਹੀਂ ਮਿਲ ਪਾਤਾ ਹੈ, ਉਨਕੋ ਕੋਈ ਇੰਪਲੋਇਰ ਨਹੀਂ ਮਿਲ ਰਹਾ ਹੈ, ਉਨਕੋ ਵੈਬਸਾਈਟ ਸੇ ਇੰਪਲੋਇਰ ਨਹੀਂ ਮਿਲ ਰਹਾ ਹੈ, ਤੋ ਵੋ ਕੈਨੇਡਾ ਮੇਂ ਟੂਰਿਸਟ ਵੀਜ਼ਾ ਲਗਾ ਕੇ ਵਹਾਂ ਜਾ ਕੇ ਆਪਣਾ ਇੰਪਲੋਇਰ ਢੂੰਢ ਸਕਤੇ ਹੈ। ਅਗਰ ਉਨਕੋ ਮਿਲ ਜਾਤਾ ਹੈ ਤੋ ਵੋ ਕਨਵਰਸ਼ਨ ਕਰ ਲੈਤੇ ਹੈ, ਇਸ ਕਰਕੇ ਨੈਨੀ ਕਾ ਕੋਰਸ ਕਰਨੇ ਮੇਂ ਉਨਕੋ ਫਾਇਦਾ ਹੈ। ਯੇ ਮੇਰਾ ਥਾ, ਯਾ ਕੋਈ ਆਪਣੀ ਕੁਆਲੀਫਿਕੇਸ਼ਨ ਉਸਕੇ ਰੈਲੇਵੈਂਟ ਲਈਏ, ਜੈਸੇ ਕੋਈ ਵੀ ਹੋ ਤਭੀ ਆਪ ਕਨਵਰਸ਼ਨ ਕਰ ਸਕਦੇ, ਤਭੀ ਆਪਕੋ ਇੰਪਲੋਇਰ ਚੁਣੇਗਾ, ਆਪਕੇ ਪਾਸ ਕੋਈ ਕੁਆਲਿਟੀ ਹੋਏਗੀ ਤਭੀ ਆਪਕੋ ਇੰਪਲੋਇਰ ਕੈਨੇਡਾ ਕਾ ਲਏਗਾ, ਤਭੀ ਆਪ ਕਨਵਰਸ਼ਨ ਕਰ ਸਕਦੇ ਹੈ। ਯਹੀ ਹੈ, ਬਾਕੀ ਆਪ RCRC ਕੀ ਸਾਈਟ ਪਰ ਜਾਈਏ, ਇਮੀਗ੍ਰੇਸ਼ਨ ਲਾਇਰ ਕੋ ਕੋਂਟੈਕਟ ਕਰੀਏ, ਵੋ ਆਪਕੋ ਡਾਇਰੈਕਟ ਬਤਾ ਸਕਤਾ ਹੈ, ਵੋ ਆਪਕੇ ਲਈ ਇੰਪਲੋਇਰ ਆਪਕੀ ਕੁਆਲੀਫਿਕੇਸ਼ਨ ਕੇ ਅਕੋਰਡਿੰਗ ਢੂੰਢ ਸਕਦਾ ਹੈ। ਪਰ ਮੈਂ ਆਪਕੋ ਕਹੂੰਗੀ ਕਿ ਅਗਰ ਆਪਕੇ ਪਾਸ ਕੋਈ ਵੀ ਕੁਆਲੀਫਿਕੇਸ਼ਨ ਰੈਲੇਵੈਂਟ ਨਹੀਂ ਬਣਤੀ ਹੈ, ਤੋ ਆਪ ਨੈਨੀ ਕਾ ਕੋਰਸ ਕਰੀਏ, ਵੋ ਆਪਕੇ ਲਈ ਫਾਇਦੇਮੰਦ ਹੈ, ਉਸੇ ਆਪ ਕਭੀ ਵੀ ਲਾਈਫ ਟਾਈਮ ਇਨਵੈਸਟਮੈਂਟ ਹੈ, ਵੋ ਕਭੀ ਵੀ ਆਪ ਜਾ ਕੇ ਵਹਾਂ ਕੈਨੇਡਾ ਮੇਂ ਅਪਲਾਈ ਕਰ ਸਕਤੇ ਔਰ ਆਪਣਾ ਇੰਪਲੋਇਰ ਆਪ ਢੂੰਢ ਸਕਤੇ ਹੈ, ਕਿਉਂਕਿ ਮੈਨੇ ਤੋ ਸਿਰਫ ਕੋਰਸ ਕਰਾਨਾ ਹੈ ਔਰ ਕੁਛ ਨਹੀਂ ਕਰਵਾਉਣਾ ਹੈ। ਔਰ ਯੇ ਆਪਕੋ ਅੱਛਾ ਲਗਾ ਹੈ ਤਾਂ ਲਾਈਕ ਕਰੀਏ, ਸਬਸਕ੍ਰਾਈਬ ਕਰੀਏ, ਸ਼ੇਅਰ ਕਰੀਏ। ਥੈਂਕ ਯੂ ਸੋ ਮੱਚ, ਆਪ ਮੇਰੇ ਵੀਡੀਓਜ਼ ਕੋ ਲਾਈਕ ਕਰ ਰਹੇ ਹੋ, ਥੈਂਕ ਯੂ ਸੋ ਮੱਚ।